ਕਿੰਨਾ ਸੀ weight ਤੁਹਾਡਾ operation ਤੋਂ ਪਹਿਲਾਂ? ਸਰ ਮੇਰਾ 57 ਸੀ। ਕਿੰਨਾ ਘਟ ਗਿਆ ਹੁਣ? ਮੇਰਾ 62 ਕਿਲੋ ਦੇ 62-63 ਘਟ ਗਈ। ਅੱਛਾ, ਸੋ ਜਨਵਰੀ 2019 ਚ ਹੋਇਆ ਸੀ? ਹਾਂਜੀ, ਤਕਰੀਬਨ 2 ਸਾਲ ਹੋਣ ਵਾਲੇ ਆ ਨਾ। ਪਹਿਲਾਂ ਕੀ ਕੀ ਪ੍ਰੋਬਲਮ ਸੀਗੀਆਂ ਤੁਹਾਨੂੰ ਮੋਟਾਪੇ ਦੀ ਵਜ੍ਹਾ ਨਾਲ? ਸਰ ਪ੍ਰੋਬਲਮਾਂ ਦਾ ਬਹੁਤ ਹੀ ਹੈ ਜੀ, ਕੀ ਦੱਸੀਏ। ਇੱਕ ਤਾਂ ਘਰਾੜੇ ਬਹੁਤ ਚੱਲਦੇ ਸੀ। ਅੱਛਾ ਅੱਛਾ, ਬਹੁਤ ਬੜੇ। ਅੱਛਾ ਅੱਛਾ, ਇੰਨਾ ਬੁਰਾ ਸੀ। ਕਿਸੇ ਰਿਸ਼ਤੇਦਾਰੀ 'ਚ ਜਾਣੇ ਜੋਗਾ ਨਹੀਂ ਦਾ। ਅੱਛਾ ਅੱਛਾ, ਜੇ ਤਾਂ ਇੰਗਲਿਸ਼ ਸੀਟ ਹੈ ਤਾਂ ਮੈਂ ਰਿਸ਼ਤੇਦਾਰੀ 'ਚ ਜਾਣੇ ਜੋਗਾ ਦਾ। ਅੱਛਾ, ਨਹੀਂ ਨਹੀਂ ਦਾ, ਅਦਰਵਾਈਜ਼ ਟਾਇਲਟ ਵੀ ਨਹੀਂ ਜਾ ਸਕਦੇ? ਨਹੀਂ ਨਹੀਂ ਨਹੀਂ, ਅੱਛਾ ਅੱਛਾ, ਨਰਕ ਤਾਂ ਜੀ। ਅੱਛਾ ਅੱਛਾ, ਕਿਵੇਂ ਫੈਸਲਾ ਲਿਆ ਤੁਸੀਂ ਇਹਦਾ ਸਰਜਰੀ ਕਰਾਉਣ ਦਾ, ਬੈਰੀਟਿਕ ਸਰਜਰੀ ਬਾਰੇ ਕਿੱਥੋਂ ਪਤਾ ਲੱਗਿਆ ਤੁਹਾਨੂੰ? ਸਰ ਆਪਣਾ ਉਰੇ ਨਾ ਪਿੰਡ ਹੈ ਜੀ, ਨੇੜੇ ਯਾਰ ਦੋਸਤ ਹੈ ਸਾਡਾ, ਉਹਨਾਂ ਨੇ ਕਰਾਇਆ ਤਾ ਜੀ 8 ਸਾਲ ਹੋ ਗਏ ਪਹਿਲਾਂ। ਅੱਛਾ ਅੱਛਾ, ਬਾਕੀ ਉਰੇ ਆਏ ਫਿਰ ਆਪਾਂ ਗੱਲਬਾਤ ਹੋਈ ਆਪਣੀ, ਤਾਂ ਜੀ ਫਿਰ ਮਨ ਕਰਿਆ ਵੀ। ਅੱਛਾ ਅੱਛਾ, ਵੈਸੇ ਖਾਣ ਪੀਣ 'ਚ ਕੋਈ ਬਹੁਤੀ ਦਿੱਕਤ ਤਾਂ ਨਹੀਂ ਆਉਂਦੀ? ਕਿੰਨਾ ਖਾਧਾ ਜਾਂਦਾ? ਮੇਰੇ ਕੋਲ ਇੱਕ ਰੋਟੀ ਹੋ ਜਾਂਦੀ ਹੈ ਜੀ। ਰੋਟੀ ਦੇ ਨਾਲ ਦਾਲ ਸਬਜ਼ੀ ਕੁਛ? ਸਬਜ਼ੀ ਦਹੀਂ, ਉਹ ਵੀ ਖਾ ਲੈਂਦੇ ਮਿਕਸ ਕਰਕੇ? ਅੱਛਾ ਅੱਛਾ ਅੱਛਾ, ਪਹਿਲਾਂ ਕਿੰਨੀਆਂ ਰੋਟੀਆਂ ਖਾ ਜਾਂਦੇ ਸੀ ਤੁਸੀਂ ਇੱਕ ਟਾਈਮ 'ਚ? ਮੈਂ ਜੀ 6 ਨੂੰ ਕਿਹੜਾ ਦਿੰਦਾ ਵਾ। ਅੱਛਾ ਅੱਛਾ, ਨਹੀਂ ਹੁਣ ਇੱਕ ਰੋਟੀ ਦਾਲ ਸਬਜ਼ੀ ਖਾ ਕੇ ਤਸੱਲੀ ਹੋ ਜਾਂਦੀ ਪੂਰੀ ਤੁਹਾਡੀ? ਐਨ ਮਨ ਭਰ ਜਾਂਦਾ ਜੀ ਪੂਰਾ। ਅੱਛਾ, ਤੇ ਹੁਣ ਘਰਾੜੇ ਵਗੈਰਾ ਕਿੱਦਾਂ ਵੱਜਦੇ ਆ? ਕੁਛ ਵੀ ਨਹੀਂ ਹੈਗਾ, ਪਤਾ ਨਹੀਂ ਲੱਗਦਾ ਪੇਜ ਦਾ। ਅੱਛਾ ਅੱਛਾ, ਹੁਣ ਤਾਂ ਆਪਣਾ ਕੱਖ ਕੰਡਾ ਵੀ ਮੈਂ ਬਹਿ ਕੇ ਇਕੱਲਾ ਹੀ ਆਪੇ ਕਰ ਰਿਹਾ ਸਾਰਾ ਕੁਛ ਹੀ, ਕੋਈ ਪ੍ਰੋਬਲਮ ਨਹੀਂ। ਵੈਰੀ ਗੁੱਡ, ਵੈਰੀ ਗੁੱਡ, ਚਾਹੇ ਮੈਨੂੰ ਘੰਟਾ ਡੇਢ ਘੰਟਾ ਵੀ ਬਿਠਾ ਕੇ ਪੈਰਾਂ ਭਾਰ ਬਿਠਾ ਦਿਓ, ਕੋਈ ਪ੍ਰੋਬਲਮ ਨਹੀਂ। ਕਿੱਥੇ ਮੈਂ 1 ਸਕਿੰਟ ਨਹੀਂ ਬਹਿ ਸਕਦਾ ਤਾਂ। ਅੱਛਾ ਅੱਛਾ, ਐਨਰਜੀ ਲੈਵਲ, ਤਾਕਤ ਪੂਰੀ ਆ ਬਾਡੀ 'ਚ? ਬਿਲਕੁਲ ਓਕੇ ਹੈ ਜੀ।